ਹਾਂਜੀ ਦੋਸਤੋ, ਪੰਜਾਬ ਵੈਦਰ ਇਨਫੋਰਮੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦੱਬਿਓ। ਦੋਸਤੋ, ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ, ਜੋ ਕਿ ਤਰੀਕ ਅੱਜ 26 ਜਨਵਰੀ ਹੈ ਤੋਂ 29 ਜਨਵਰੀ ਤੱਕ। ਜਿਵੇਂ ਕਿ ਅੱਜ ਪੰਜਾਬ ਦੇ ਕਈ ਖੇਤਰਾਂ ਵਿੱਚ ਧੁੱਪ ਅਤੇ ਹਲਕੀ ਕਣਮਣ ਵੀ ਹੋ ਸਕਦੀ ਹੈ ਸ਼ਾਮ ਦੇ ਸਮੇਂ ਤੱਕ, ਜੋ ਕਿ ਆਉਣ ਵਾਲੇ ਦਿਨ 27, 28, 29 ਜਨਵਰੀ ਨੂੰ ਪੰਜਾਬ ਵਿੱਚ ਮੀਂਹ ਦਾ ਅਲਰਟ ਹੈ। 27 ਤੋਂ 29 ਜਨਵਰੀ ਵਿਚਕਾਰ ਨਵੇਂ ਪੱਛਮੀ ਸਿਸਟਮ ਦੀ ਦਸਤਕ ਨਾਲ ਸਮੁੱਚੇ ਪੰਜਾਬ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। 27 ਜਨਵਰੀ ਦੀ ਸ਼ਾਮ ਤੋਂ ਹੀ ਦੱਖਣ ਪੱਛਮੀ ਖੇਤਰ ਵਿੱਚ ਹਲਕਾ ਮੀਂਹ ਸ਼ੁਰੂ ਹੋਣ ਦੀ ਉਮੀਦ ਹੈ ਅਤੇ 28 ਜਨਵਰੀ ਨੂੰ ਪੂਰੇ ਸੂਬੇ ਵਿੱਚ ਗਰਜ ਚਮਕ ਨਾਲ ਹਲਕਾ ਦਰਮਿਆਨਾ ਮੀਂਹ ਦਰਜ ਹੋਣ ਦੀ ਸੰਭਾਵਨਾ ਹੈ। 29 ਜਨਵਰੀ ਨੂੰ ਘੱਟ ਖੇਤਰੀ ਗੜਬੜ ਬਣੀ ਰਹੇਗੀ, ਖਾਸ ਕਰ ਉੱਤਰ ਪੂਰਬੀ ਖੇਤਰਾਂ ਵਿੱਚ। ਇਸ ਦੌਰਾਨ ਪੰਜਾਬ ਸਮੇਤ ਉੱਤਰ ਭਾਰਤ ਦੇ ਵੱਖ ਵੱਖ ਭਾਗਾਂ ਵਿੱਚ ਗਰਜ ਚਮਕ ਨਾਲ ਹਲਕਾ ਦਰਮਿਆਨਾ ਮੀਂਹ ਅਤੇ ਪਹਾੜੀ ਖੇਤਰਾਂ ਵਿੱਚ ਚੰਗੀ ਬਰਫ਼ਬਾਰੀ ਦਾ ਨਵਾਂ ਦੌਰ ਵੇਖਿਆ ਜਾਵੇਗਾ। ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਬਠਿੰਡਾ, ਸਿਰਸਾ, ਡੱਬਵਾਲੀ, ਗੰਗਾਨਗਰ, ਹਨੂੰਮਾਨਗੜ੍ਹ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ, ਜਦਕਿ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਮੋਗਾ, ਨੰਗਲ, ਲੁਧਿਆਣਾ, ਸੰਗਰੂਰ, ਪਟਿਆਲਾ, ਆਨੰਦਪੁਰ ਸਾਹਿਬ, ਚੰਡੀਗੜ੍ਹ, ਫਤਿਹਾਬਾਦ, ਅੰਬਾਲਾ ਖੇਤਰਾਂ ਵਿੱਚ ਦਰਮਿਆਨੇ ਮੀਂਹ ਦੀ ਜ਼ਿਆਦਾ ਉਮੀਦ ਹੈ। ਇਹਨਾਂ ਖੇਤਰਾਂ ਵਿੱਚ 2-4 ਥਾਵਾਂ 'ਤੇ ਗੜੇਮਾਰੀ ਦੇ ਨਾਲ ਫੁਹਾਰਾ ਪੈਣ ਤੋਂ ਇਨਕਾਰ ਨਹੀਂ ਹੈ। ਪਹਿਲੇ ਦੱਸੇ ਅਨੁਸਾਰ ਅੱਜ ਕਮਜ਼ੋਰ ਵੈਸਟਰਨ ਡਿਸਟਰਬ ਦੇ ਅਸਰ ਕਾਰਨ ਸਮੁੱਚੇ ਪੰਜਾਬ ਵਿੱਚ ਲੱਗਦੀ ਬੱਦਲਵਾਈ ਨਾਲ ਟੁੱਟਵੇਂ ਖੇਤਰਾਂ ਵਿੱਚ ਕਿਣ-ਮਿਣ ਜਾਰੀ ਹੈ, ਜੋ ਅੱਜ ਰਾਤ ਤੱਕ ਬਣੀ ਰਹੇਗੀ। ਅਗਲੇ 2 ਦਿਨਾਂ ਦੌਰਾਨ ਦਿਨ ਅਤੇ ਰਾਤ ਦੇ ਪਾਰੇ ਵਿੱਚ ਹਲਕਾ ਵਾਧਾ ਹੋਵੇਗਾ। 28 ਜਨਵਰੀ ਨੂੰ ਮੀਂਹ ਕਾਰਨ ਦਿਨ ਦੇ ਤਾਪਮਾਨ ਵਿੱਚ ਹਲਕੀ ਕਮੀ ਆ ਜਾਵੇਗੀ, ਜਿਸ ਨਾਲ ਇੱਕ ਵਾਰ ਫਿਰ ਤੋਂ ਠੰਡ ਦੇ ਅਸਾਰ ਬਣ ਜਾਵੇਗੇ, ਜੋ ਕਿ 27 ਤੋਂ 29 ਜਨਵਰੀ ਤੱਕ ਮੀਂਹ ਦੀ ਪੰਜਾਬ ਵਿੱਚ ਸੰਭਾਵਨਾ ਹੈ ਅਤੇ ਤੁਹਾਡੇ ਜ਼ਿਲ੍ਹੇ ਵਿੱਚ